हाँ जी गुड मॉर्निंग प्रधान, की हाल चाल है सारे दा? नाले आ मुंडा टुट गया, देखो इधर कप्तान ने तोड़िया, देखा कप्तान आ भी काम करदा। की करदा सी? शाला माल सर्कस ते आया सी। ओ कैसे हो? रोटी बन दी है। गुड मॉर्निंग। लो देखो रोटियां। मतलब एक पखे दे मूरे, एक थोड़ा साइड ते उत्थे फेक कर दे, एक बार उधर छाल पखे वाले ते, एक बार खेड़ा टपदा सीगा आ मंजा तोड़ दिता। तो आला रूम ना ठंडा भी बहुत ज़्यादा रहिंदा है, ठंडा है तां रहिंदा क्योंकि इत्थे बाले आ। लो देखो कि सुत्ता पिया आ पखा चलदा। 3 बज गए आ ते हुण आपां चले आ नवां शहर। नवां शहर जाण दा मेरा पूरा मन नहीं सीगा, मैं कहला कोई लगा हुण कहना पूरा मन सीगा। आप बेचारी हूँ मैंने गुस्से होने लगी पर ठीक होगी, मैं बाद खिंचूंगा मुड़ के फोटो। कहना कहते मेरे फोटो खिंच दे पहला, क्योंकि भाई जो कुड़ी नवा सूट पाँदी आ उस टाइम फोटो कराँदी आ, ये गल बनती है। तो गल इदा सी कि मेरा मन माड़ा नहीं सी तां शहर जाने, क्योंकि मैं अज सौ गया सीगा। कैसा तेरे में गेम खेडता सी? बस तो मैं हैगा सौ गया, तो उस तो बाद नींद भी इन्नी आई सी किरण ने मैं हम ठाल दिता। आना शहर की कहीं जाना किनू किनू मैनू? सरप्राइज। पर मेरे जेडे सरप्राइज होंगे ना वो पता की होंगे, मैं दसदा पहला सरप्राइज होना मेरे लिए कोई बड़ा सारा खर्चा होंगे, दूजा सरप्राइज होना शैंपू, तीजा सरप्राइज होना सूट ले दो। ये सरप्राइज मेरे मेरी अगे ब्लॉक गल भी की चेता, किरण मैंने लै गई थी कहती सी सरप्राइज देना तेनू, ये मैं चामल के चल गया सी। मैं क्या भाई सरप्राइज आ सरप्राइज आ, उस जाके मैं किरण 3-4 सूट लैके दते। फिर मैं बाद पुछया ले लो सूट सर, मैं क्या सरप्राइज तो मैंने देना सगा। ਕਹਿੰਦੇ ਤੇਲੇ ਵੀ ਸਰਪ੍ਰਾਈਜ਼ ਆ ਵੀ ਤੇਰੇ ਘਰ ਵਾਲੀ ਨੇ ਨਵੇਂ ਸੂਟ ਲਏ ਆ। ਮੈਂ ਨਾ ਇਹ ਆਹਲਾ ਸੂਟ ਆਪ ਕਸਟਮਾਈਜ਼ ਕਰਾਇਆ। ਤੇ ਹੁਣ ਮੈਨੂੰ ਇਹ ਦੱਸ ਉਦਾਂ ਦਾ ਸਰਪ੍ਰਾਈਜ਼ ਤਾਂ ਨਹੀਂ ਆਊਗਾ ਅੱਗੇ ਵਾਲਗਾ? ਕੱਦੂ 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 ਹੋ ਗਿਆ ਸਾਰਿਆਂ ਦਾ ਤੋੜਿਆ, ਸਾਰੇ ਪਾਸੇ ਕੱਦੂ ਹੋ ਰਿਹਾ। ਆਲਮੋਸਟ ਇੰਸਟਾਗ੍ਰam ਆਈਡੀ ਨਾ ਆ ਕੇ ਦੱਸੂਗੀ, ਸੋਹਣਾ ਲੱਗਾ ਅਗਰ ਕੁੜੀਆ ਤਾਂ ਦੱਸ ਦਿਓ ਸੋਹਣਾ ਲੱਗਾ ਸੂਟ। ਮੈਂ ਫੋਟੋ ਭੇਜੀ ਸੀ ਜਸਟ ਕਿ ਐਦਾਂ ਦਾ ਬਣਾ ਦਿਓ, मैं कुत्ते बहुत ज्यादा होंगे, कट्ठे हो गए फिर वापस चल जाते, सो ध्यान ना जाया करो। बाकी ਜਗ੍ਹਾ ਦੀ ਗੱਲ ਕਰੀ ਹੁੰਦੀ ਜੀ।
ਗੱਲ ਕਰਦੇ ਪਏ ਆ ਅੱਜ ਤੱਕ ਇਦਾਂ ਹੋਈ ਹੈ ਸਮਾਂ ਕਿ ਜਿੱਥੇ ਸੋਚੋ ਪੈਸੇ ਲਗਾਉਣੇ ਆ ਉੱਥੇ ਮੈਂ ਸਹੀ ਰਹਿਣਾ ਜਿੱਥੇ ਕਹਿੰਦਾ ਨਹੀਂ ਮੈਂ ਬਚਾਉਣੇ ਆ ਉੱਥੇ ਡਬਲ ਦੇ ਕੇ ਆਉਣਾ ਪਤਾ ਨਹੀਂ ਮੈਂ ਕਾਹਦੇ ਕੋਈ ਗੱਲ ਇਹ ਚੀਜ਼ ਹੌਸਲਾ ਰੱਖੀ ਦਾ ਹੁੰਦਾ ਹੈ ਹੌਸਲਾ ਹੀ ਆ ਹੋਰ ਕੀ ਹੌਸਲਾ ਹੀ ਅੱਜ ਵੀ ਹੌਸਲਾ ਹੀ ਝੂਠ ਬੋਲਦੀ ਮੈਨੂੰ ਪਤਾ ਹੀ ਹੈ ਚਲੋ ਸਹੀ ਆ ਹੁਣ ਆਪਾਂ ਚੱਲੀਏ ਤੇ ਮੈਨੂੰ ਕੰਮ ਯਾਦ ਨਹੀਂ ਆਉਂਦੇ ਪਏ ਹੋਰ ਕਿਹੜੇ ਸੀਗੇ ਸਰਪ੍ਰਾਈਜ਼ ਲੈਣ ਆਇਆ ਮੈਂ ਤੇ ਕੰਮ ਕਰਨ ਨਹੀਂ ਆਇਆ ਕੋਈ ਗਲੈਮ ਸ਼ੈਂਪੂ ਮਿਲ ਗਿਆ ਬਬਨੇ ਨੇ 100 ਰੁਪਿਆ ਨਹੀਂ ਦਿੱਤਾ ਕੱਢ ਕੇ ਮਾੜੀ ਨਹੀਂ ਤਾਂ ਲੈ ਤੇ ਬਾਕੀ ਆਪਾਂ ਹੁਣ ਚੱਲਿਆ ਬਬਨੇ ਦੇ ਸਰਪ੍ਰਾਈਜ਼ ਵੱਲ ਨੂੰ ਆਰ ਯੂ ਐਕਸਾਈਟਡ ਕਿੱਧਰ ਜਾਣਾ ਦੱਸ ਦੇ ਮੈਂ ਤਾਂ ਆਪ ਹੀ ਲੈ ਜਾ ਬਸ ਸਿੱਧਾ ਚੱਲੀ ਜੋ ਸਿੱਧਾ ਹੀ ਯੈਸ ਸਿੱਧਾ ਹੀ ਚਲੋ ਪਿੱਛੇ ਬੰਗਾ ਜਾਣਾ ਬੱਗੇ ਵਿੱਚ ਚੱਲ ਜਾ ਨਹੀਂ ਇੱਥੋਂ ਸਿੱਧਾ ਜਾਣਾ ਆਪਾਂ ਓਕੇ ਪਤਾ ਨਹੀਂ ਮੇਰੇ ਸਾਥ ਹੀ ਐਸਾ ਕਿਉਂ ਹੋ ਰਿਹਾ ਹੈ ਤੇਰੇ ਨਾਲ ਪਹਿਲੇ ਮੇਰੇ ਨਾਲ ਇੱਦਾਂ ਹੁੰਦਾ ਮੈਂ ਅੱਜ ਦੇ ਕਿੰਨਾ ਸਾਲ ਜੀ ਕਿੰਨਾ ਰੋਜ਼ ਕੀ ਆਈ ਸੀਗੀ ਵੀ ਕੋਈ ਗੱਲ ਨਹੀਂ ਅੱਜ ਮੈਂ ਬਬਨੇ ਨੂੰ ਸਰਪ੍ਰਾਈਜ਼ ਕਰ ਦੇਣਾ ਇੱਕਦਮ ਪਰ ਦੇਖ ਲਓ ਮੇਰੀ ਮਾੜੀ ਕਿਸਮਤ ਜਿੱਥੋਂ ਸਰਪ੍ਰਾਈਜ਼ ਮਿਲਣਾ ਸੀ ਉਹ ਜਗ੍ਹਾ ਹੀ ਬੰਦ ਹੈ ਪਰ ਐਦਾਂ ਕਿੱਦਾਂ ਹੋ ਸਕਦਾ ਆ ਪਤਾ ਗੱਲ ਕੀ ਤੇਰੀ ਕਿਸਮਤ ਮਾੜੀ ਕਿਸਮਤ ਮੇਰੀ ਦੇ ਸਾਰਾ ਸਾਲ ਮੈਂ ਤੈਨੂੰ ਕੋਈ ਨਾ ਕੁਛ ਲੈ ਕੇ ਦਿੰਦਾ ਕਦੇ ਕੁਛ ਕਰਦਾ ਅੱਜ ਤੇ ਮੈਨੂੰ ਮੜਾ ਜਿਹਾ ਕੁਛ ਮੈਨੂੰ ਗਿਫਟ ਦੇਣਾ ਸੀ ਕੋਈ ਸਰਪ੍ਰਾਈਜ਼ ਦੇਣਾ ਸੀ ਅੱਜ ਸੋਚਣਾ ਨਹੀਂ ਚਾਹੀਦਾ ਮੈਂ ਦੇਖ ਲੈਂਦਾ ਮੈਂ ਕੁਛ ਡਿਫਰੈਂਟ ਜਿਹਾ ਕਰਦੀ ਹਾਂ ਫੇਰ ਆ ਲਓ ਜੀ ਹੋ ਗਿਆ ਕੰਮ ਹੋ ਗਿਆ ਕੰਮ ਚੱਲ ਕੋਈ ਗੱਲ ਨਹੀਂ ਕਹਿੰਦਾ ਕਹਿੰਦੇ ਕੱਲ ਨੂੰ ਆਣਾ ਹਾਂ ਜੀ ਕਹਿੰਦਾ ਕੱਲ ਕੀਤੀ ਉਧਰ ਓਕੇ ਤਾਂ ਉਹ ਕਹਿੰਦੇ ਵੀ ਕੱਲ ਆਵਾਂਗੇ ਸਾਰਾ ਮੂਡ ਖਰਾਬ ਕਰ ਦੂ ਤੂੰ ਪਹਿਲਾਂ ਪੁੱਛ ਕੇ ਉਹਦੀ ਫੋਨ ਕਰਕੇ ਵੀ ਹਾਂ ਖੁੱਲੀ ਆ ਦੁਕਾਨ ਜੀ ਮੇਰੇ ਜਿੰਨਾ ਥੋੜਾ ਮੂਡ ਅਪਸੈਟ ਹੋਇਆ ਉਹ ਮੈਂ ਪਲਾਨ ਕਰਦੀ ਰਹਿ ਗਈ ਉਹ ਭਰਾਵਾ ਗੱਡੀ ਵਾਲਾ ਕਿੰਨੇ ਤੇਲ ਖਾ ਗਿਆ ਅੱਜ ਤੱਕ ਸ਼ਹਿਰ ਨੂੰ ਆਉਂਦੇ ਨੇ ਪਤਾ ਲੱਗ ਗਿਆ ਹੋਣਾ ਕੀ ਸੀ ਲੱਗ ਗਿਆ ਨਹੀਂ ਲੱਗਾ ਨਹੀਂ ਮੈਂ ਖਰੀ ਆਈਡੀਆ ਤਾਂ ਨਹੀਂ ਹੋ ਗਿਆ ਮੈਂ ਆਈਡੀਆ ਕਰਨਾ ਨਹੀਂ ਚਾਹੁੰਦਾ ਇੱਕ ਵਾਰ ਤੈਨੂੰ ਪੁੱਛਿਆ ਤੂੰ ਮੈਨੂੰ ਨਹੀਂ ਦੱਸਿਆ ਚੱਲ ਕੋਈ ਗੱਲ ਨਹੀਂ ਚਲੋ ਫਿਰ ਠੀਕ ਹੈ ਮੈਂ ਸ਼ੌਕ ਵੀ ਹੋਣਾ ਦੇਖ ਕੇ ਵੀ ਕੀ ਗਿਫਟ ਤੂੰ ਇੰਨੇ ਮਤਲਬ ਐਕਸਪ੍ਰੈਸ਼ਨਸ ਦੇਣੇ ਐਕਸਪ੍ਰੈਸ਼ਨ ਹਾਂ ਐਕਸਪ੍ਰੈਸ਼ਨ ਮਤਲਬ ਦੇਣੇ ਆ ਤੇ ਕੀ ਮਤਲਬ ਕੀ ਸੋਚ ਕੇ ਤੇ ਗਿਫਟ ਦਿੱਤਾ ਇਹ ਤਾਂ ਪੁੱਛੂਗਾ ਮੈਂ ਵਧੀਆ ਗਿਫਟ ਦਊਂਗੀ ਬਹੁਤ ਸੋਹਣਾ ਨਾਲੇ ਵੀ ਹੈ ਤਾਂ ਸੋਚਿਆ ਨਹੀਂ ਮਤਲਬ ਮੈਂ ਨਹੀਂ ਨਹੀਂ ਹੈਗਾ ਗਿਫਟ ਦਾ ਡਿਸਾਈਡ ਆ ਹਾਂ ਠੀਕ ਹੈ ਕੋਈ ਕਹਿੰਦੀ ਮਤਲਬ ਕਿ ਦੇਖ ਕੇ ਕਹੂੰਗਾ ਕਿ ਹਾਂ ਯਾਰ ਵਧੀਆ ਚੀਜ਼ ਕਰਿਓ ਗੈਸ ਤੁਸੀਂ ਵੀ ਇਹ ਜੇ ਪਤਾ ਲੱਗਦਾ ਕਿ ਤੁਸੀਂ ਚਲੋ ਫਿਰ ਸਹੀ ਆ ਹੁਣ ਕੋਈ ਨਿਸ਼ਾਨੀ ਦੱਸ ਦੇ ਕੋ ਗੈਸ ਤਾਂ ਕਰੂਗੀ ਪਹਿਲਾਂ ਤੈਨੂੰ ਤਾਂ ਸ਼ੌਂਕ ਨਹੀਂ ਸੀ ਹੁਣ ਤਾਂ ਨਹੀਂ ਸ਼ੌਂਕ ਆ ਹਾਂ ਕਿਹੜੀ ਗੱਲ ਬਣੀ ਪਹਿਲਾਂ ਤਾਂ ਨਿਸ਼ਾਨ ਹੋਈ ਹਾਂ ਪਹਿਲਾਂ ਸ਼ੌਂਕ ਤਾਂ ਮੈਨੂੰ ਇਦਾਂ ਨਹੀਂ ਸੀ ਤੇ ਹੋਰ ਕਿਹਨੂੰ ਸ਼ੌਂਕ ਹੈ ਉਸ ਚੀਜ਼ ਦਾ ਤੇ ਬਸ ਤਾਂ ਉਹ ਜਿਹੜਾ ਸ਼ੌਂਕ ਤਾਂ ਮੈਨੂੰ ਪਹਿਲਾਂ ਵਾਲੀਬਾਲ ਦਾ ਵੀ ਨਹੀਂ ਹੁਣ ਮੈਨੂੰ ਵਾਲੀਬਾਲ ਦਾ ਵੀ ਸ਼ੌਂਕ ਪੈ ਗਿਆ ਮੈਂ ਵਾਲੀਬਾਲ ਦਾ ਲੈ ਕੇ ਦੇਣਾ ਕਿ ਪੈਕ ਲੈ ਕੇ ਦੇਣਾ ਆ ਪੂਰਾ ਵਾਲੀਬਾਲ ਦੀ ਦੁਕਾਨ ਹੈ ਜੀ ਉਹ ਤਾਂ ਕਿਤੇ ਮਿਲ ਜਾਂਦਾ ਬਸ ਰਹਿਣ ਦੋ ਸੋਚਣਾ ਕਿਤੇ ਇੰਨਾ ਜ਼ਿਆਦਾ ਜਦੋਂ ਨਹੀਂ ਹੁਣ ਮੈਨੂੰ ਸ਼ੌਂਕ ਪੈ ਗਿਆ ਪਹਿਲਾਂ ਮੈਨੂੰ ਸ਼ੌਂਕ ਨਹੀਂ ਹੋ ਗਿਆ ਆ ਗਿਆ ਸਰਪ੍ਰਾਈਜ਼ ਤੇ ਆਈ ਲਵ ਨਵਾਂ ਸ਼ਹਿਰ ਇਦਾਂ ਹੀ ਆ ਇਹ ਸਰਪ੍ਰਾਈਜ਼ ਦੇਣ ਆਈ ਸੀ ਕਹਿੰਦਾ ਬਸ ਜਦੋਂ ਤੱਕ ਮੈਨੂੰ ਲੱਗਦਾ ਤੇ ਹੁਣ ਆਪਾਂ ਆਏ ਆ ਇਹ ਨਾ ਇੱਥੇ ਹੌਕਰਸ ਖੁੱਲ੍ਹਿਆ ਇੱਕ ਨਵਾਂ ਆਪਣੇ ਅੱਜ ਤੋਂ ਹੈ ਨਾ ਥੋੜ੍ਹੇ ਜਿਹੇ ਮਹੀਨੇ ਪਹਿਲਾਂ ਇੱਥੇ ਬੈਂਕ ਹੁੰਦੀ ਸੀ ਬੈਂਕ 'ਚ ਪਤਾ ਕਰਨਾ ਸੀ ਕਿ ਅਕਾਊਂਟ ਖੁਲਾਉਣਾ ਆ ਤਾਂ ਉਹ ਕਹਿੰਦੇ ਸੀਗੇ ਯਾਦ ਆਇਆ ਨਹੀਂ ਨਹੀਂ ਐਕਸਿਸ ਬੈਂਕ ਸੀਗੀ ਇੱਥੇ ਅਤੇ ਉਹਦੀ ਜਗ੍ਹਾ 'ਤੇ ਬਣ ਗਿਆ ਦੇਖ ਲਓ ਕੌਣ ਜਦੋਂ ਕਿਸੇ ਦੀ ਜਗ੍ਹਾ ਲੈ ਲੈਂਦਾ ਕੁਛ ਪਤਾ ਵੀ ਨਹੀਂ ਲੱਗਦਾ ਕਿ ਨਹੀਂ ਦੁਨੀਆ ਦੇ ਹਿਸਾਬ ਨਾਲ ਅਜੇ ਤਾਂ ਆਪਾਂ ਹੌਕਰ ਸੀਗੇ ਕੁਛ ਖਾਣ ਪੀਣ ਅਤੇ ਸਾਨੂੰ ਇੱਥੇ ਦੇ ਓਨਰ ਹੀ ਮਿਲ ਪਈ ਕੀ ਕਰੀਏ ਇਹ ਬਹੁਤ ਇੱਜ਼ਤ ਮਾਣ ਕੀਤਾ ਭਾਅ ਜੀ ਹੁਣੀ ਆਪਣਾ ਅਤੇ ਹੁਣ ਆਪਾਂ ਤੁਹਾਨੂੰ ਵੀ ਸਾਰਿਆਂ ਨੂੰ ਸੁਜੈਸਟ ਕਰਦੇ ਇੱਕ ਵਾਰ ਜ਼ਰੂਰ ਆਇਓ ਇੱਥੇ ਹੈ ਜ਼ਰੂਰ ਵਿਜ਼ਿਟ ਕਰਿਓ ਬਹੁਤ ਜ਼ਿਆਦਾ ਵਧੀਆ ਖਾਣ ਪੀਣ ਵੀ ਬਹੁਤ ਜ਼ਿਆਦਾ ਵਧੀਆ ਆ ਅਤੇ ਇੱਧਰ ਗੇਮਿੰਗ ਪੁਆਇੰਟ ਵੀ ਬਣਿਆ ਹੋਇਆ ਜਿਹੜੇ ਗੇਮਾਂ ਦੇ ਸ਼ੌਕੀਨ ਆ ਉਹ ਇੱਥੇ ਜ਼ਰੂਰ ਆਇਓ ਇੱਕ ਵਾਰ
ਇਹ ਨਵਾਂ ਸ਼ਹਿਰ ਆ ਗੜਸ਼ੰਕਰ ਨਹੀਂ ਬੰਗਾ ਰੋਡ ਤੇ ਬੰਗਾ ਤੋਂ ਜਿਹੜਾ ਨਵਾਂ ਸ਼ਹਿਰ ਬੱਸ ਸਟੈਂਡ ਤੇ ਰੋਡ ਜਾਂਦਾ ਨਾ ਉਹ ਰੋਡ ਤੇ ਹੀ ਆ चलो थैंक यू सो मच सारा ने ते इत्थे दे ओनर आ बहुत वधिया लग्या मिल के असीं हां आपां नूं ट्रीट फ्री मिली आ ते आ भाई जी भी नाल आ ते बहुत वधिया लग्या होर भाई ठीक ठाक हां जी एदां ही आ चलो ते चलो थैंक यू सो मच है बहुत वधिया लग्या फिर जल्दी आवांगे ते बाकी तुसीं भी सारे जणे जरूर एक बार विजिट करके देखियो बहुत वधिया फूड है इत्थे दा चलो ठीक है जी थैंक यू सच्चो फड़ ला पिज़्ज़ा अपना इन्हें छड़ दी ये फ्री मिले आपां नूं चलो ठीक है काफी नमिशा जो कि बहुत ट्राई की मिलने की काफी जन कहते हैं सो बहुत वधिया लगता है यार मिलके थैंक यू सो मच कि सानू भी मिलने की ट्राई करना बाबा जी हरेक दे काम दे विच तरक्कियां पावन बरकतां पावन ते बस सब चली जावे रोटी पानी सारेयां दा है ना ना सी नहीं बस फिनिश हुण तां टाइम नहीं है लेके जाना 5:30 दा पहले लेट मापा मैंने पर हसना नहीं चाहिए पर मैं फिर भी हसी जांदा दिल हसना मैनूं तां नहीं चाहिए क्योंकि मेरा जिहड़ा अज दा सरप्राइज हैगा ਉਹ ਤੇਰੀ ਵਜ੍ਹਾ ਨਾਲ ਖਰਾਬ ਹੋਇਆ ਕੋਈ ਨਹੀਂ ਕੱਲ ਨੂੰ ਮਿਲੇ ਜਾਣਾ ਚਲ ਇੱਕ ਸਰਪ੍ਰਾਈਜ਼ ਮਿਲ ਗਿਆ ਇੱਕ ਸਰਪ੍ਰਾਈਜ਼ ਮਿਲ ਗਿਆ ਸਰਪ੍ਰਾਈਜ਼ ਤਾਂ ਮਿਲ ਗਿਆ ਨਾ ਗੱਲ ਮੁੱਕ ਗਈ ਮੰਮੀ ਉਹਨਾਂ ਨੂੰ ਵੀ ਨਾਲ ਮਿਲ ਗਿਆ ਦਿੱਲਾ ਪੀਜ਼ਾ ਓਏ ਮੈਂ ਸਰਪ੍ਰਾਈਜ਼ ਉਹ ਕਹਿੰਦਾ ਵੀ ਪੈਸੇ ਬਚ ਗਏ ਨਹੀਂ ਤਾਂ ਅੱਜ ਵੇ ਖਾਣ ਪੀਣ ਦੇ ਪੈਸੇ ਖਰਚ ਕੇ ਜਾਣੇ ਸੀ ਇਹ ਮਿਲੇ ਸਰਪ੍ਰਾਈਜ਼ ਸੀਗਾ ਕੋਈ ਨਹੀਂ ਨੈਕਸਟ ਟਾਈਮ ਖਰਚਾ ਦੇਵਾਂਗੇ ਛੇੜਦਾ ਆ ਮੈਂ ਉਹਨਾਂ ਦੀ ਚੀਜ਼ਾਂ ਦੀ ਮਜ਼ਾਕ ਕਰਨ ਦਾ ਬਹੁਤ ਸ਼ੌਂਕ ਹੈ ਇਹ ਚੀਜ਼ਾਂ ਦੀ ਵਾਹਿਗੁਰੂ ਸੱਚਾ ਚਲੋ ਕੋਈ ਗੱਲ ਨਹੀਂ ਵੀ ਮਾਰ ਤਾਣੀ ਹੈ ਮਾਰ ਤਾਣੀ ਆ ਕਿਰਨ ਇੱਕ ਗੱਲ ਸਿਆਣਿਆਂ ਨੇ ਕਹੀ ਸੀ ਪੁੱਛ ਕੀ ਤੇ ਪਹਿਲੇ ਪੁੱਛ ਲਿਆ ਮੇਰੇ ਕਹੇ ਤੇ ਬਣਾ ਪੁੱਛ ਕੀ ਨਹੀਂ ਕੱਲਾ ਕੀ ਕਿ ਜਿੰਨਾ ਮਰਜ਼ੀ ਬਜਲਾ ਸੋਹਣਿਆ ਰਗੜ ਤਾਂ ਹੋਣਾ ਹੀ ਆ ਉਹ ਚੀਜ਼ ਆ ਜਿੰਨਾ ਮਰਜ਼ੀ ਦੇਖ ਅੱਜ ਮੈਂ ਪੈਸੇ ਬਚਾਏ ਮੈਂ ਬੜਾ ਖੁਸ਼ ਸੀ ਮੈਂ ਕਿਹਾ ਯਾਰ ਖਾਣ ਪੀਣ ਨੂੰ ਪੈਸੇ ਬਚ ਗਏ ਮਤਲਬ ਹੈ ਨਾ ਆਹ ਦੇਖੋ ਫਿਰ ਆਹੀ ਕੰਮ ਹੋ ਗਿਆ ਇਹ ਤਾਂ ਇੰਨੀ ਤੇਜ਼ ਨੇ ਮੈਨੂੰ ਵੀ ਲਾਤਾ ਮਸਾਲੇ ਜਿਹੇ ਖਾਣ ਤੇ ਕੀ ਨਾ ਇਹਨਾਂ ਦਾ ਪੱਪ ਭੁੱਖ ਜਿਹੇ ਮੈਂ ਇਹਨਾਂ ਨੂੰ ਲੱਭਦਾ ਰਹਿੰਦਾ ਜਿੱਥੇ ਹੁਣ ਜਾਂਦਾ ਮੈਂ ਪਹਿਲਾਂ ਛੋਟੀ ਪੈਕਿੰਗ ਲੈ ਕੇ ਆਉਂਦਾ ਅਜੇ ਮੈਂ ਪੁੱਛਿਆ ਵੱਡੀ ਪੈਕਿੰਗ ਇਹ ਨਹੀਂ ਕਹਿੰਦੇ ਹੈਗੀ ਆ ਉਹ ਦੇਖੋ ਫਿਰ ਮੈਨੂੰ ਉਹ ਵੀ ਲੈਣੇ ਪਏ ਇਹ ਚੱਕਰ ਪੈ ਗਿਆ ਉੱਪਰੋਂ ਮੇਰਾ ਦਿਲ ਐਡਾ ਵੱਡਾ ਕਿ ਮੈਂ ਇਕੱਠੇ ਹੀ 5-6 ਪੈਕਟ ਲੈ ਲਏ ਹੈ ਕਰਨ ਮੈਂ ਕਿਹਾ ਉੱਤੋਂ ਮੇਰਾ ਦਿਲ ਇੰਨਾ ਵੱਡਾ ਮੈਂ ਇਕੱਠੇ ਹੀ 5-6 ਪੈਕਟ ਲੈ ਲਏ ਹੈ ਉਹ ਵੀ ਐਡੇ ਐਡੇ ਦੇਖ ਲਓ ਕੀ ਬਾਤ ਹੈ ਇਹ ਦਿਲ ਵੀ ਨਹੀਂ ਐਡਾ ਵੱਡਾ ਹੋਣਾ ਚਾਹੀਦਾ ਕਿਸੇ ਦਾ ਗੱਡੀ ਖਾਵਾ ਭਰ ਦੀ ਉਹਦੇ ਭੱਜ ਗਈ ਗੱਡੀ ਆ ਉਹ ਤੇ ਮੈਨੂੰ ਗੱਡੀ ਜਵਾ ਭਰਦੇ ਸੀਗੇ ਮੈਂ ਤਾਂ ਵੜ ਚੀਟ ਬੈਟ ਲਾਉਣ ਲੱਗ ਗਿਆ ਬਾਅਦ ਦੇਖਿਆ ਉਹ ਤਾਂ ਹਵਾ ਭਰਦੇ ਮੈਂ ਕਿਹਾ ਇਹ ਤਾਂ ਹਵਾ ਭਰਦੇ ਆ ਚਲੋ ਠੀਕ ਹੈ ਵਾਹ ਕਿੰਨੀ ਕੂਲਿੰਗ ਗੱਡੀ ਚ ਇੱਥੇ ਜਾਣਾ ਬਵੇ ਓਏ ਮੰਮੀ ਕਹਿੰਦੇ ਮੈਂ ਕਹਿੰਦੇ ਮੈਂ ਕਰਨ ਕਹਿੰਦੇ ਗਿਫਟ ਲੈ ਕੇ ਆਂਦੇ ਕਹਿੰਦੇ ਇੰਨੇ ਮੈਂ ਕਿਹਾ ਚਾਹ ਪਾਣੀ ਵਾਲਾ ਮੈਂ ਕਿਹਾ ਚਾਹ ਪਾਣੀ ਵਾਲਾ ਰੋਜ ਲਿਆ ਉਹਨਾਂ ਨੇ ਰੋਜ ਹੀ ਚਾਹ ਮੰਮੀ ਲੱਗੀ ਆ ਪਿਆਜ਼ ਕੱਟਣੇ ਆ ਦੇਖੋ ਗਿਫਟ ਨਾਲ ਪੀਜ਼ਾ ਹੀ ਲੱਗਦਾ ਪੀਜ਼ਾ ਹੀ ਆ ਦੇਖੋ ਗੈਸ ਦੇਖ ਮੰਮੀ ਦਾ ਕਰਨ ਗੈਸ ਦੇਖਿਆ ਤੂੰ ਐਦਾਂ ਮੰਮੀ ਮੇਰੀ ਤਾਂ ਗੈਸ ਕਰ ਲਿਆ ਸੱਚੀ ਸਪੈਸ਼ਲ ਸਾਡੇ ਲਈ ਭੇਜਿਆ ਹੈ ਹਾਂ ਕਹਿੰਦੇ ਮੰਮੀ ਡੱਡੀ ਘੱਟ ਹੀ ਖਾਂਦੇ ਇਦਾਂ ਦੀਆਂ ਚੀਜ਼ਾਂ बहुत ज्यादा कॉन्टैक्ट करो अगर तुहानू सूट सोहना लगा मैं उन्होंने फोटो भेजी सी उन्होंने इन्ना ज़्यादा सोहना सूट रेडी करके भेजा थैंक यू सो मच सिमरन ढिलों बहुत ज़्यादा सोहना सूट लगा मैंने थोड़ा बाकी मैं इंस्टाग्राम से शेयर कर दी फोटो मेरी गुड हैबिट तू दस अपने मुंह क्योंकि तुसी बलां वाली टी-शर्ट पा लैंदे बलां वाली शर्ट उदा दस हैबिट पता नहीं
ਮੇਚ ਇੰਨੀ એનર્ਜੀ ਹੁੰਦੀ ਨਾ ਮੇਰੀ ਪਹਿਲੇ ਕਿ ਮੰਮੀ ਨੇ ਇਹ ਕੰਮ ਸਿਖਾਣਿਆ ਘਰੇ ਆ ਕੇ ਤਾਂ ਕਿਰਨ ਨੂੰ ਵੀ ਆ ਤੇ ਪਾ ਕੇ ਰੱਖਦੀ ਸੂਟ ਜਿਹੜਾ ਨੇ ਪਾ ਲਿਆ ਥੋੜਾ ਟਾਈਮ ਬਾਅਦ ਅੱਧੇ ਪੌਣੇ ਘੰਟੇ ਤੋਂ ਖੁੱਲਣਾ ਮੈਂ ਐਂਟਰ ਕਰਦੇ ਸਾਰ ਮੈਨੂੰ ਆਦਤ ਤਾਂ ਚੇਂਜ ਕਰਨ ਦੀ ਹਾਂਜੀ ਬਹੁਤ ਵਧੀਆ ਗੱਲ ਲੱਗੀ ਐ ਹੁੰਦੀ ਬਸ ਠੀਕ ਹੈ ਵਧੀਆ ਮੇਰੀ ਮੰਮੀ ਤੇ ਠੀਕ ਆ ਬਾਕੀ ਤੁਸੀਂ ਇਹਨਾਂ ਨੂੰ ਜਰੂਰ ਫੋਲੋ ਕਰਿਓ ਇੰਸਟਾਗ੍ਰam ਤੇ ਐਕਸਕਲੂਸਿਵ ਸੂਟਸ ਪਲੇਜ਼ਰ 2021 ਬਹੁਤ ਸੋਹਣੇ ਸੂਟ ਰੈਡੀ ਕਰਦੇ ਆ ਹਾਂਜੀ ਲੈ ਘੜੇ ਚੋਂ ਕੱਢ ਕੇ ਪਾਈ ਦਿੱਤਾ ਇਹਨਾਂ ਦੀ ਬਾਹੂ ਹੀ ਉਹੀ ਘੜੇ ਚੋਂ ਕਿ ਘੜੀ ਚੋਂ ਇਹ ਨਹੀਂ ਮੈਂ ਕਹਿਣਾ ਚਾਹੁੰਦੀ ਸੀ ਵਧੀਆ ਲੈ ਐ ਨਹੀਂ ਦੇਣਾ ਗਿਫਟ ਜਾਣ ਕੇ ਪਖਾਂਡੀਆਂ ਕਰਦੀ ਆ क्या आपको दो दिया गया है कैसे दिया आपको डैडी ने सारा वेड़ा भी गिल्ला कर मम्मी भाई हो मुंडे ने नहाना होना आगे ठंडा पानी भर दो मैं कह रही हूं मैं नहीं क्या फिक्र इदा ना मैं देखो गुस्सा करके फिक्र दिला दे जब मैं कहा फिक्र देखिए ये भी गुस्सा कर गया हां की होया इदा मूड थोड़ा लड़ने वाला है साडे ने गुस्से च कह सकते हैं मतलब पहला आई डैडी आगे मैंने कहंदे ओए पखा देख के लाया कर कप्तान कप्तान कितने जाके बैठा हूं तो पखा तो किस पास लाया होता वो पता ही करता है मंजे के सामने पखा लाना मशाल मारदा मंजा खिसक जाता फर्स्ट पॉइंट ये सेगा दूसरा पॉइंट ओए तू शामी तेल पाना ट्रैक्टर तो शहर में चल गया बस दूसरा पॉइंट ये सेगा हुण मैं कहा भाई रोटी रोटी खा लो तो छे छेती मैं थोड़े ने पहला ट्रैक्टर तेल पवा देना तू भी सवेर जो अपना डेढ़ खेत रहा है वह भी कद्दू का कर जू नहीं आना सी वैसे अपने झोना लाने सारा झोना शायद अज लग जाता अपने डेढ़ खेत रहना सेगा हूँ डैडी उन्होंने थोड़ा दब के भी आया कहें जो लाना तो ला दो नहीं तो मैं किसी होर तो लवा लेना तो हूँ भी कलू आना है तो फिर कल जो अपना रहा कद्दू वो भी निबड़ जाना तो उस बाद फिर फ्री हाँ आप दिस इज़ माई फेवरेट टी शर्ट मतलब पिछले पांच साल तो मेरी ये फेवरेट आ पांच छः साल हो गए यार इनू बड़ी पसंद आ मैं ये टी शर्ट हमने घस भी गई पर मैंने ना तसली जी मिलती है टी शर्ट पा के इस गर्मी नहीं लगती माड़ी भी